ਅਸੀਂ ਜੋ ਸੰਘਰਸ਼ ਕਰਦੇ ਹਾਂ ਗੁਰੂ ਲਈ ਕਰ ਰਹੇ ਹਾਂ, ਗੁਰੂ ਗ੍ਰੰਥ ਲਈ, ਗੁਰੂ ਪੰਥ ਲਈ ਕਰ ਰਹੇ ਹਾਂ। ਜੇ ਉਹਨਾਂ ਸੰਘਰਸ਼ਾਂ 'ਚ ਸਭ ਤੋਂ ਪਹਿਲਾਂ ਤੁਸੀਂ ਗੁਰੂ 'ਤੇ ਆਂਚ ਆਉਂਦੇ ਹੋ, ਕਾਹਦਾ ਸੰਘਰਸ਼? ਜੇ ਤੁਸੀਂ ਰਾਜ ਲਈ ਸੰਘਰਸ਼ ਕਰਦੇ ਹੋ ਉਹ ਧਰਮ ਦੇ ਰਾਜ ਧਰਮ ਲਈ ਕਰ ਰਹੇ ਹੋ। ਜੇ ਧਰਮ ਹਰਾ ਕੇ ਤੁਸੀਂ ਕੋਈ ਰਾਜ ਕਰਦੇ ਹੋ ਉਹ ਕੀ ਪ੍ਰਾਪਤੀ ਹੋਏਗੀ? ਸਾਡੇ ਪੰਥ ਨੂੰ ਇਹ ਗੱਲ ਸਪਸ਼ਟ ਰੂਪ 'ਚ ਕਹਿਣੀ ਚਾਹੀਦੀ ਸੀ ਕਿ ਇਹ ਬਹੁਤ ਵੱਡੀ ਇੱਕ ਵਜਰ ਗਲਤੀ ਹੈ, ਉੱਥੇ ਵੀ ਨਹੀਂ ਕਹੀ ਗਈ। ਅਤੇ ਹੁਣ ਗੱਲ ਹੋਈ ਹੈ ਸਰਬੱਤ ਖਾਲਸਾ ਦੀ ਕਿ ਸਰਬੱਤ ਖਾਲਸਾ ਸਦੋ ਵਿਸਾਖੀ ਵੇਲੇ ਤਲਵੰਡੀ ਸਾਬੋ, ਇਹ ਵੀ ਉਸੇ ਤਰ੍ਹਾਂ ਦੀ ਗੱਲ ਹੈ ਕਿ ਬਿਨਾਂ ਸੋਚੇ ਸਮਝੇ ਉੱਦਾਂ ਹੀ ਗੱਲ ਕਰ ਦੇਣੀ। ਮਾਹੌਲ ਮੌਕੇ ਦਾ ਇੱਕ ਮਾਹੌਲ ਜਾਂ ਪ੍ਰੈਸ਼ਰ ਬਣਿਆ ਉਹਦੇ ਤਹਿਤ ਹੀ। ਸਰਬੱਤ ਖਾਲਸਾ ਦੀ ਇੱਕ ਪਰੰਪਰਾ ਆ, ਇੱਕ ਮਰਿਆਦਾ ਆ, ਇੱਕ ਸਿਧਾਂਤ ਆ, ਉਸ ਤੋਂ ਬਿਨਾਂ ਨਹੀਂ ਹੋ ਸਕਦਾ। ਸਰਬੱਤ ਖਾਲਸਾ ਕੌਣ ਸੱਦੂਗਾ? ਜਿਹੜੀ ਗੱਲ ਕਰ ਰਹੇ ਹੋ ਗਿਆਨੀ ਹਰਪ੍ਰੀਤ ਸਿੰਘ ਦੀ, ਉਹ ਕਿਵੇਂ ਸੱਦ ਸਕਦੇ? ਉਹ ਤਾਂ ਖੁਦ ਇੱਕ ਪਾਰਟੀ ਦੇ SGPC ਦੇ ਇੱਕ ਮੁਲਾਜ਼ਮ ਨੇ, ਉਹ ਅੱਗੇ ਇੱਕ ਪਾਰਟੀ ਜਿਹੜੀ ਵੋਟਾਂ ਲੜਦੀ ਨੇ ਇਸ ਇੰਡੀਅਨ ਕੋਨਸਟੀਟਿਊਸ਼ਨ ਉਹਦੇ ਅੱਗੇ ਉਹਦੇ ਮਤਹਿਤ ਆ, ਅਤੇ ਉਹ ਅੱਗੇ ਇੰਡੀਅਨ ਤਖ਼ ਦੇ ਇਸ ਬੇਬਰ ਤਖ਼ ਦੇ ਅਧੀਨ ਆ। ਅਤੇ ਸਾਡਾ ਯਤਨ ਹੋਏਗਾ ਕਿ ਉਹਨਾਂ ਨੂੰ ਲਿਆਂਦਾ ਜਾਵੇ ਇੱਕ ਥਾਂ 'ਤੇ, ਉਹ ਜਿਹਾ ਜਥਾ ਬਣੇ ਜਿਹੜਾ ਪੰਥ ਨੂੰ ਸਮਰਪਿਤ ਹੋਵੇ, ਜਿਹੜਾ ਕਾਲ ਤੱਕ ਦੀ ਸੇਵਾ ਸੰਭਾਲ ਕਰੇ, ਅਤੇ ਜਿਹੜਾ ਸਰਬੱਤ ਖਾਲਸਾ ਸੱਦੇ। ਬਹੁਤ ਜ਼ਰੂਰੀ ਹੈ ਸਰਬੱਤ ਖਾਲਸਾ ਸੱਦਣਾ, ਅਤੇ ਪੰਥ ਦੀਆਂ ਸਮੁੱਚੀ ਦੁਨੀਆਂ ਦੀਆਂ ਸਮਾਜਿਕ ਰਾਜਨੀਤਿਕ ਘਟਨਾਵਾਂ ਬਾਰੇ ਵਿਚਾਰ ਪ੍ਰਾਂਦਾ ਕਰਨਾ, ਫੈਸਲਾ ਲੈਣਾ। ਉੱਥੇ ਗੁਰੂ ਖਾਲਸਾ ਪੰਥ ਨੇ ਫੈਸਲਾ ਲੈਣਾ ਹੁੰਦਾ ਹੈ। ਇਹ ਗੁਰੂ ਖਾਲਸਾ ਪੰਥ ਦੀ ਗੁਰੂ ਅਜ਼ਮਤ ਦੀ ਇੱਕ ਪ੍ਰਗਟਾਵਾ ਆ ਸਰਬੱਤ ਖਾਲਸਾ, ਕੋਈ ਆਮ ਗੱਲ ਨਹੀਂ ਹੈ। ਫਿਰ ਜਿੰਨਾ ਚਿਰ ਕਿਹਾ ਕਿ ਨਹੀਂ ਅਰੈਸਟ ਕਰਨਾ, ਉਹਨਾਂ ਚਿਰ ਨਹੀਂ ਅਰੈਸਟ ਕੀਤਾ। ਜੇ ਕਰਨਾ ਹੁੰਦਾ ਅਰੈਸਟ ਤੇ ਉਹਦੇ ਘਰੋਂ ਕੀਤਾ ਜਾ ਸਕਦਾ ਹੈ। ਕਰਨਾ ਹੁੰਦਾ ਅਰੈਸਟ ਤੇ FIR ਦਰਜ ਹੋ ਗਈ ਹੈ ਜਨਾਲੇ ਤੇ, ਉਦੋਂ ਅਗਲੇ ਦਿਨ ਕਰ ਲੈਂਦੇ। ਜੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਉਹਨਾਂ ਨੇ ਭੈਰ ਰੱਖਿਆ ਵੀ ਉਹ ਗੱਲ ਸੱਚ ਵੀ ਆ ਕਿ ਜੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾ ਹੁੰਦਾ ਤਾਂ ਉੱਥੇ ਵੱਡੀ ਘਟਨਾ ਵਾਪਰ ਸਕਦੀ ਸੀ, ਜਿਹਦੇ ਤੋਂ ਪੰਜਾਬ ਸਰਕਾਰ ਬਚਣਾ ਚਾਹੁੰਦੀ ਸੀ ਔਰ ਬਚੀ ਵੀ। ਸਬਰੀ 'ਚ ਜੋ ਗੱਲਾਂ ਕਰ ਰਹੇ ਸੀ ਜੋ, ਉਹ ਕਿੱਥੇ ਉਹਨਾਂ ਨੂੰ ਨਹੀਂ ਆਈਆਂ? ਜਦੋਂ ਸਟੇਟ ਨੇ ਥੋੜ੍ਹਾ ਜਿਹਾ ਹੀ ਹਮਲਾ ਕੀਤਾ, ਹਾਲੇ ਉਹਨਾਂ ਨੇ ਕੋਈ ਹਮਲਾ ਨਹੀਂ ਕੀਤਾ, ਉਹਨਾਂ ਨੇ ਸਿਰਫ ਇੱਕ ਦਬਕਾ ਹੀ ਮਾਰਿਆ, 57 ਹੀ ਕੀਤੀ ਆ, ਜਾਂ ਨੈੱਟ 'ਤੇ ਹਮਲਾ ਕੀਤਾ ਹੈ, ਇੱਕ ਸਾਈਕੋਲੋਜੀਕਲ ਹਮਲਾ, ਡਰਾਉਣ ਦਾ ਹਮਲਾ ਆ, ਇਨ ਰਿਐਲਿਟੀ ਕੁਛ ਵੀ ਨਹੀਂ ਕੀਤਾ। ਅਤੇ ਆਪਣੀ ਤਿਆਰੀ ਕੀ ਸੀ? ਉਹ ਕਿੱਥੇ ਗਈ ਤਿਆਰੀ? ਇਹ ਆਪਣੇ ਸਾਰੇ ਜਿਹੜੇ ਨੌਜਵਾਨ ਆ, ਜਿਹੜੇ ਸੰਘਰਸ਼ੀਲ ਆ, ਜੋਸ਼ ਦੇ ਨਾਲ, ਹੋਸ਼ ਬਹੁਤ ਜ਼ਰੂਰੀ ਆ, ਉਹਨਾਂ ਨੂੰ ਸਮਝਣਾ ਚਾਹੀਦਾ ਕਿ ਸਾਰਿਆਂ ਦੀ ਸਲਾਹ ਨਾਲ ਗੁਰੂ ਆਸ਼ੇ ਅਨੁਸਾਰ, ਗੁਰੂ ਗੁਰਮਤਿ ਸੰਧਾਰ ਅਤੇ ਪਰੰਪਰਾ ਨੂੰ ਵਿੱਚ ਦੇਖ ਕੇ ਸਭ ਕੁਛ ਕਰਨਾ ਚਾਹੀਦਾ। ਉਹਨਾਂ 'ਤੇ ਕੋਈ ਔਚ ਨਹੀਂ ਚਾਹਣੀ ਚਾਹੀਦੀ। ਇੱਥੇ ਮੈਂ ਆਪਣੇ ਪੰਥ ਨੂੰ ਵੀ ਇੱਕ ਅਰਜ਼ੋਈ ਆ ਕਿ ਪੰਥ ਨੂੰ ਜਿਹੜੀ ਵੀ ਕੋਈ ਪੰਥ ਦੀ ਗੱਲ ਹੁੰਦੀ ਆ, ਕੋਈ ਸ਼ਹਾਦਤ ਦੀ ਗੱਲ ਹੁੰਦੀ ਆ, ਕੋਈ ਗੁਰੂਆਂ ਦੀ ਗੱਲ ਹੁੰਦੀ ਆ, ਕੋਈ ਗੁਰੂ ਗ੍ਰੰਥ ਜਾਂ ਪੰਥ ਦੀ ਗੱਲ ਆ, ਪਰੰਪਰਾ ਦੀ ਗੱਲ ਆ, ਸੰਤ ਜਰਨੈਲ ਸਿੰਘ ਦੀ ਗੱਲ ਆ, ਸ਼ਹਾਦਤਾਂ ਦੀ ਗੱਲ ਆ, ਅਸੀਂ ਬੜੀ ਭਾਵਨਾ ਨਾਲ ਇਹਨੂੰ ਸੈਂਸ ਦੇ ਵਿੱਚ ਭੋਲੇ ਭਾਵ ਬਿਲਕੁਲ ਉਸੇ ਤਰ੍ਹਾਂ ਹੀ ਮੰਨ ਲੈਂਦੇ। ਅਸੀਂ ਟੋਕਦੇ ਨਹੀਂ, ਅਸੀਂ ਰੋਕਦੇ ਨਹੀਂ, ਉੱਦਾਂ ਹੀ ਮੰਨੀ ਜਾਂਦੀ। ਹੁਣ ਇੰਨੇ ਕੁਛ ਹੋਣ ਤੋਂ ਬਾਵਜੂਦ ਕਿ ਸਾਨੂੰ ਇਹ ਸੋਚਣਾ ਪਏਗਾ ਕਿ ਜੇ ਕੋਈ ਵੀ ਸੰਤਾਂ ਦੀ ਗੱਲ ਕਰਕੇ ਜਾਂ ਖਾਲਿਸਤਾਨ ਦੀ ਗੱਲ ਕਰਕੇ ਕੋਈ ਵੀ ਗਲਤੀ ਕਰੇ, ਕੀ ਸਾਨੂੰ ਰੋਕਣਾ ਨਹੀਂ ਚਾਹੀਦਾ? ਇਹ ਕੋਈ ਦਸਤੂਰ ਨਹੀਂ ਕਿ ਤੁਸੀਂ ਸੰਤਾਂ ਦਾ ਨਾਂ ਲੈ ਕੇ ਜਾਂ ਖਾਲਿਸਤਾਨ ਦਾ ਲੈ ਕੇ ਜੋ ਮਰਜ਼ੀ ਹੈ ਗਲਤੀ ਕਰੀ ਚੱਲੋ। ਪਿਛਲੇ ਸਮੇਂ 'ਚ ਕਿੰਨੀਆਂ ਵੱਡੀਆਂ ਗਲਤੀਆਂ ਸਿਧਾਂਤ ਦੇ ਪੱਖੋਂ ਅਤੇ ਪਰੰਪਰਾ ਪੱਖੋਂ ਕਿੱਡੀਆਂ ਵੱਡੀਆਂ ਗਲਤੀਆਂ ਹੋਈਆਂ, ਉਹ ਅਸੀਂ ਰੋਕਿਆ ਨਹੀਂ। ਇਹ ਸੋਚਦੇ ਰਹਿਣ ਕਿ ਆਪਣੇ ਆਪ ਸੈਲਫ ਕਰੈਕਟ ਕਰ ਲੈਣਗੇ, ਠੀਕ ਹੋ ਜਾਊਗਾ ਸਭ ਕੁਛ, ਪਰ ਦੇਖੋ ਉਹਨਾਂ ਗਲਤੀਆਂ ਨਾ ਰੋਕਣ ਕਰਕੇ ਅੱਜ ਕਿੱਥੇ ਖੜ੍ਹੇ ਹਾਂ ਅਤੇ ਕਿਸ ਤਰ੍ਹਾਂ ਟਾਰਗੇਟ ਹੋ ਰਹੇ ਹਾਂ। ਅਤੇ ਜਿੱਥੇ ਦੁਸ਼ਮਣ ਲਿਆ ਕੇ ਖੜਾ ਕੇ ਤੁਹਾਨੂੰ ਲੜਨਾ ਚਾਹੁੰਦਾ ਸੀ, ਤੁਸੀਂ ਆਪਣੇ ਆਪ ਉੱਥੇ ਆ ਗਏ। ਸਭ ਤੋਂ ਪਹਿਲਾਂ ਜਦੋਂ ਕਿਸਾਨ ਸੰਘਰਸ਼ ਦੇ ਦੌਰਾਨ ਸੰਦੀਪ ਸਿੰਘ ਸਿੱਧੂ, ਜਿਹਦਾ ਪੋਜ਼ਿਟਿਵ ਅਤੇ ਬੜਾ ਚੰਗਾ ਰੋਲ ਸੀਗਾ ਸੰਘਰਸ਼ ਵਿੱਚ, ਉਹਨੇ ਬਹੁਤ ਵਧੀਆ ਤਰੀਕੇ ਨਾਲ ਗੱਲਾਂ ਪੇਸ਼ ਕੀਤੀਆਂ, ਜਨਰਲਾਈਜ਼ ਕੀਤੇ, ਅਤੇ ਪੰਥ ਨੇ ਇਹਨੂੰ ਬੜਾ ਪਿਆਰ ਦਿੱਤਾ। ਉਹਦਾ ਐਕਸੀਡੈਂਟ ਹੋ ਗਿਆ, ਬੜੀ ਦੁੱਖਦਾਇਕ ਮੌਤ ਹੋ ਗਈ। ਜੋ ਉਹਦਾ ਰੋਲ ਸੀ ਇੱਕ
पॉजिटिव है वह सानू मनना चाहिए, उस तो ज़्यादा उन्होंने कदर देनी चाहिए है, वह सन्मान करना चाहिए, उन्होंने याद करना चाहिए। वो बड़े तरीके करेंगे, जिस तरीके ना एक हिस्से ने उन्होंने शहीद न लान दिता, यह गलत सगा गुरमत सिद्धांत सर बिल्कुल गलत। सिखी विच जिथे सब तो ज़्यादा शहीद ने तो सब तो वड्डी शहादत की परंपरा, शहीद इस तरह नहीं होंगे, गुरु की मेहर न होंगे, खास परंपरा तो खास अमल है कि असी वो फॉलो किया। जे असी एक साडा योधा जिन्हों असी प्यार याद करना है, उन्होंने असं बड़े होर तरीके याद करते, कौमी योधे वालों याद कर सकते हैं, बहुत ज़्यादा उन्होंने सन्मान दे सकते हैं, दे भी रहे हैं, देना भी चाहिए है। पर यह तो नहीं कि उन्होंने तुम शहीद के लाने तो वह भी कुछ बंदे अपनी मर्जी नहीं ला दे। ये पहली गलती सी जिथे पंथ के वड्डिया शख्सियत संपर्दावान दलों दखलअंदाजी करनी चाहिए थी जी उन्होंने नहीं की। दूसरी गल अजनाला घटना की, जिथे स्पष्ट रूप स्टेट ने ही वो सारा कुछ होन दिता, सिचुएशन बनाई, रोकया नहीं, अगे कोई ऑर्डर नहीं सी, ते वो सारी सिचुएशन उन्हें डिवेलप होने के पर साढ़े नौजवानों कोई समझ नहीं लगी। तो उत्थे सब तो वड्डी गलती ये होगी कि गुरु ग्रंथ साहब नूं उह नाल लै गए, जो बहुत वड्डी गलती सी। गुरु ग्रंथ साहब नूं किसी भी यह जी जगह पर नहीं लिजाया जा सकती जिथे बेअदबी का डर आ, खदशा आ। असी जो संघर्ष करते हैं गुरु लई कर रहे हैं, गुरु ग्रंथ लई, गुरु पंथ लई कर रहे हैं। जे उन्हां संघर्षां च सब तो पहला तुसी गुरु ते आंच आ दिओ, कादा संघर्ष। जे तुसी राज दे संघर्ष करदे हो, वह धर्म दे राज धर्म लई कर रहे हो। जे धर्म हरा के तुसी कोई राज करदे हो, वह की प्राप्ति होएगी। भी साढ़े पंथ नूं ये गल स्पष्ट रूप च कहनी चाहिए सी कि यह बहुत वड्डी एक वजर गलती है, उत्थे भी नहीं कही गई। ते हुण गल हुई है सरबत खालसा की, कि सरबत खालसा सद्दो विसाखी वेले तलवंडी साहब, यह भी उस तरह की गल है कि बिना सोचे समझे उदा ही गल कर देनी। माहौल मौके का एक माहौल जो एक प्रैशर बनिया वो तहत ही सरबत खालसा की एक परंपरा आ, एक मर्यादा आ, एक सिद्धांत आ, उस तो बिना नहीं हो सकता। सरबत खालसा कोई वड्डा कट्ठ जां कोई भीड़ नहीं, तो ना ही कोई नैट पर कोई मुहिम चला के हो सकता है। वह सिखां विच गुरु खालसा पंथ का एक नुमाइंदा कट्ठ आ, जिहड़ा गुरु खालसा पंथ आ उन्हां दा कट्ठ आ, ते उन्हूं सद्दण दे भी खास एक मर्यादा ते खास सिद्धांत ने। उन्हूं सद सिर्फ उही सकदे आ जिहड़े खुद उहे जे होण, जिदा पहला अकाली होंदे सी, अकाली जथे होंदे सी, अकाली फूला सिंह, बाबा गुरबख्श सिंह, जिहड़े इस दुनिया तो उपर हुंदी सी रहणी, अकाल तो परे हुंदे सी, जिन्हां दा निज कुछ नहीं हुंदा सी, सब कुछ पंथ लई हुंदा सी, जिन्हां दा कोई अहुदा नहीं सी लैणा हुंदा सी, कोई किसे तरह दा सरकारी नहीं हुंदा सी, उह सिर्फ संघर्ष करदे सी निष्काम पंथ लई, चढ़दी कला लई, सरबत भले लई, उह बंदे हुंदे सी। उह जथा अज सानूं कायम करन दी जरूरत आ, उह जथा इस वेले मिसी गया। जब तक वो जथा नहीं बनता, उह जी शख्सियतां दा कट्ठ नहीं हुंदा, सरबत खालसा कौन सदूगा? जिहड़ी गल कर रहे हो ज्ञानी हरप्रीत सिंह दी, वो किवें सद सकदे? वो तो खुद एक पार्टी दे SGPC दे एक मुलाजम ने, वो अगे एक पार्टी जिहड़ी वोटां लड़दी ने इस इंडियन कॉन्स्टिट्यूशन उहदे अगे उहदे मतहत आ, ते वो अगे इंडियन तख्त दे इस विपर तख्त दे अधीन आ। उन्हां कोल तक मोरल अथॉरिटी होई है नहीं सद्दण, इस करके यह भी गल सारे पंथ नूं गंभीरता नाल लैनी चाहिए कि कोई भी गल्लां जिद्दां आपां गुरु वाले गल करदे हां, पंथ बारे गल करदे हां, सरबत खालसा बारे गल करदे हां, गुरमते बारे करदे हां, शहादत बारे करदे हां, तो वड्डियां शख्सियतां बारे करदे हां, वह एवें नहीं कर देनी चाहिए। डरना चाहिए आ जो तुसीं गुरु वाले गुरबाणी बारे गल करदे हो, ये कोई इस तरीके ना थोड़ो कि उदा ही जिदा तुम नैट पर बहस कर लग पी इधर दिया आपस में कोई विरोध कोई बहुत एक मंडन लैवल पर लिया, ये गल्ला इस तरह नहीं होनी चाहिए, सानू रोकनिया चाहिए सारे ट्रेंड्स।
ਅਤੇ ਇੱਥੇ ਇਹੀ ਆ ਕਿ ਇਹ ਜਿਹੜੀ ਕਿ ਸਰਬੱਤ ਖਾਲਸਾ ਕਿਵੇਂ ਹੋਵੇ ਇਹਦੇ ਲਈ ਅਸੀਂ ਇੱਕ ਨਿਮਾਣਾ ਜਿਹਾ ਯਤਨ ਕਰ ਰਹੇ ਹਾਂ ਸਾਡੇ ਜਥੇ ਵੱਲੋਂ ਪਿਛਲੇ ਅਸੀਂ 6 ਮਹੀਨੇ ਤੋਂ ਕਰ ਰਹੇ ਹਾਂ ਕਿ ਉਹੋ ਜਿਹਾ ਜਥਾ ਕਾਇਮ ਕੀਤਾ ਜਾਵੇ। ਅਤੇ ਅਸੀਂ 28 ਜੂਨ ਨੂੰ ਮੀਰੀ ਪੀਰੀ ਦਿਵਸ 'ਤੇ ਆਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਸੱਦ ਰਹੇ ਹਾਂ। ਉੱਥੇ ਗੁਰਮਤਾ ਕਿਵੇਂ ਦੁਬਾਰਾ ਲਾਗੂ ਕੀਤਾ ਜਾਵੇ, ਕਿਵੇਂ ਪੰਚ ਪ੍ਰਧਾਈ ਰਾਹੀਂ ਅਗਵਾਈ ਚੁਣੀ ਜਾਵੇ ਅਤੇ ਕਿਵੇਂ ਗੁਰਮਤੇ ਰਾਹੀਂ ਫੈਸਲੇ ਲਏ ਜਾਣ, ਉੱਥੇ ਅਸੀਂ ਇਹਦੇ ਬਾਰੇ ਇੱਕ ਰਾਏ ਕਰਾਂਗੇ ਗੁਰੂ ਦੀ ਹਾਜ਼ਰੀ ਦੇ ਵਿੱਚ। ਅਤੇ ਉਦੋਂ ਬਾਅਦ ਜਾਣੀ ਕਿ ਉਹੋ ਜਿਹੇ ਇੱਕ ਸੇਵਾ ਸੰਭਾਲ ਵਾਲਾ ਉਹੋ ਜਿਹਾ ਪ੍ਰਬੰਧ, ਉਹੋ ਜਿਹਾ ਇੱਕ ਜਥਾ, ਉਹੋ ਜਿਹੀਆਂ ਸ਼ਖਸੀਅਤਾਂ ਜਿਹੜੀਆਂ ਪੰਥ 'ਚ ਹੈਨ ਬਹੁਤ, ਉਹ ਲਹਿਦਾ ਲਹਿਦਾ ਬੈਠੀਆਂ ਆ, ਅਤੇ ਸਾਡਾ ਯਤਨ ਹੋਏਗਾ ਕਿ ਉਹਨਾਂ ਨੂੰ ਲਿਆਂਦਾ ਜਾਵੇ ਇੱਕ ਥਾਂ 'ਤੇ, ਉਹੋ ਜਿਹਾ ਜਥਾ ਬਣੇ ਜਿਹੜਾ ਪੰਥ ਨੂੰ ਸਮਰਪਿਤ ਹੋਵੇ, ਜਿਹੜਾ ਅਕਾਲ ਤਖਤ ਦੀ ਸੇਵਾ ਸੰਭਾਲ ਕਰੇ, ਅਤੇ ਜਿਹੜਾ ਸਰਬੱਤ ਖਾਲਸਾ ਸੱਦੇ। ਬਹੁਤ ਜ਼ਰੂਰੀ ਆ ਸਰਬੱਤ ਖਾਲਸਾ ਸੱਦਣਾ, ਅਤੇ ਪੰਥ ਦੀਆਂ ਸਮੁੱਚੀ ਦੁਨੀਆ ਦੀਆਂ ਸਮਾਜਿਕ ਰਾਜਨੀਤਿਕ ਘਟਨਾਵਾਂ ਬਾਰੇ ਵਿਚਾਰ ਪ੍ਰਾਂਦਾ ਕਰਨਾ, ਫੈਸਲਾ ਲੈਣਾ। ਉੱਥੇ ਗੁਰੂ ਖਾਲਸਾ ਪੰਥ ਨੇ ਫੈਸਲਾ ਲੈਣਾ ਹੁੰਦਾ ਹੈ। ਇਹ ਗੁਰੂ ਖਾਲਸਾ ਪੰਥ ਦੀ ਗੁਰੂ ਅਜ਼ਮਤ ਦੀ ਇੱਕ ਪ੍ਰਗਟਾਵਾ ਆ ਸਰਬੱਤ ਖਾਲਸਾ, ਇਹ ਕੋਈ ਆਮ ਗੱਲ ਨਹੀਂ ਹੈ। ਅਤੇ ਸਾਡਾ ਤਾਂ ਇਹੀ ਯਤਨ ਹੈ ਕਿ ਸਾਡਾ ਜਿਹੜਾ ਜਥਾ ਆ, ਸਾਡਾ ਮੈਂ ਇੱਕ ਵਾਰ ਫਿਰ ਕਹਾਂਗੀ, ਸਾਡਾ ਕੋਈ ਆਪਣਾ ਦਾਅਵਾ ਨਹੀਂ ਗਾ, ਸਾਡਾ ਸਿਰਫ ਰੋਲ ਇਹ ਆ ਕਿ ਗੁਰਮਤ ਸਿਧਾਂਤ 'ਤੇ ਪਹਿਰਾ ਦੇਣਾ ਅਤੇ ਗੁਰੂ ਪਰੰਪਰਾ 'ਤੇ ਪਹਿਰਾ ਦੇਣਾ, ਕਿ ਜਿੱਥੇ ਵੀ ਉਹਦੇ ਉਲੰਘਣਾ ਹੋਵੇ ਉਹਨੂੰ ਰੋਕਣਾ ਅਤੇ ਉਹਦੇ ਬਾਰੇ ਸਾਵਧਾਨ ਕਰਨਾ, ਅਤੇ ਪੰਥ ਵਿੱਚ ਇਹੋ ਪੰਥ ਨੂੰ ਸੂਤਰਬੱਧ ਕਰਨਾ, ਉਹਦੇ ਵਿੱਚ ਇਹੋ ਜਿਹਾ ਮਾਹੌਲ ਬਣਾਉਣਾ ਕਿ ਪੰਥ ਇੱਕ ਹੋਵੇ, ਉਹਦੀਆਂ ਸੰਸਥਾਵਾਂ ਸਟਰੋਂਗ ਹੋਣ, ਉੱਚੀਆਂ ਕਪੈਸਿਟੀਜ਼ ਅਤੇ ਸਟਰੈਂਥ ਬਿਲਡ ਕੀਤੀਆਂ ਜਾਵੇ, ਗੁਰਮਤੇ ਰਾਹੀਂ ਫੈਸਲੇ ਹੋਣ, ਅਤੇ ਪੰਚ ਪ੍ਰਧਾਨੀ ਪ੍ਰਣਾਲੀ ਅਨੁਸਾਰ ਕਿਸ ਤਰ੍ਹਾਂ ਪੰਥ ਵਿੱਚ ਅਗਵਾਈ ਅੱਗੇ ਆਵੇ, ਇਹ ਸਾਡਾ ਮਕਸਦ ਹੈ ਅਤੇ ਉਹਦੇ ਲਈ ਅਸੀਂ ਕਰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਕਾਰਾਂ ਦਾ ਅਵਰਤ ਪਾਲ ਨੂੰ ਅਣਦੀ ਗਿਆ ਉਹ ਵੀ ਇਸ ਚੀਜ਼ ਦੀ ਕੰਟੀਨਿਊਸ਼ਨ ਹੀ ਹੈ। ਸਗੋਂ ਆਪਣੇ ਸਿੰਘਾਂ ਨੂੰ, ਨੌਜਵਾਨਾਂ ਨੂੰ ਸਮਝਣਾ ਚਾਹੀਦਾ ਆ ਕਿ ਦੇਖੋ, ਜੇ ਫੜਨਾ ਹੋਵੇ ਸਾਨੂੰ ਤਾਂ ਫੜਦੇ ਹੀ ਰਹਿੰਦੇ ਆ, ਤੜਕੇ ਹੀ ਫੜ ਲੈਂਦੇ ਆ, ਸਾਰਾ ਤਲਾਸ਼ੀ ਲੈ ਲੈਂਦੇ ਆ, ਕੁਛ ਨਹੀਂ ਛੱਡਦੇ, ਕਿਤੇ ਖਬਰ ਨਹੀਂ ਲੱਗਣ ਦਿੰਦੇ ਜਿਹੜਾ ਸਾਡੇ ਲਈ ਕੋਈ ਐਕਟਿਵ ਹੁੰਦਾ ਉਹਨੂੰ ਵੀ ਅੰਦਰ ਠੋਕ, ਕਿੰਨੇ ਕਿੰਨੇ ਦੋ ਦੋ ਤਿੰਨ ਤਿੰਨ ਸਾਲ ਵਾਲੇ ਅੰਦਰ ਕਰ ਦਿੰਦੇ ਆ UAPA ਲਾ ਕੇ, ਜੇ ਫੜਨਾ ਹੁੰਦੇ ਤਾਂ ਇੱਦਾਂ ਫੜਦੇ ਆ। ਉਹਨਾਂ ਨੂੰ ਹੁਣ ਸਮਝ ਨਹੀਂ ਲੱਗੀ ਨੌਜਵਾਨਾਂ ਨੂੰ, ਉਹਨਾਂ ਨੇ ਫੜਨਾ ਹੈ ਹੀ ਨਹੀਂ ਸੀ, ਉਹਨਾਂ ਨੇ ਤਾਂ ਇਸ ਤਰੀਕੇ ਨਾਲ ਇੱਕ ਭਜਾਉਣਾ ਹੀ ਸੀਗਾ ਇਹਨਾਂ ਨੂੰ ਉਸ ਵਕਤ। ਤੁਹਾਡੇ ਅਨੁਸਾਰ ਪੰਜਾਬ ਸਰਕਾਰ ਨੂੰ ਪੂਰੀ ਇਨਫੋਰਮੇਸ਼ਨ ਆ ਵੀ ਅਮਰਤ ਪਾਲ ਕਿੱਥੇ ਆ ਜਾਂ ਇਹਨਾਂ ਨੇ ਖੁਦ ਰੱਖਿਆ? ਨਹੀਂ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਕਹਿ ਸਕਦੇ ਉੱਥੇ, ਜਾਣੀ ਕਿ ਆਪਣੇ ਨਾਲੇ ਤੁਸੀਂ ਕਹਿ ਰਹੇ ਵੀ ਇਹਨਾਂ ਨੇ ਸਾਰਾ ਕੁਝ ਪਤਾ ਹੁੰਦਾ, ਤੜਕੇ ਚੱਕ ਲੈਂਦੇ ਆ। ਨਹੀਂ ਮੈਂ ਆਪਣੇ ਬਾਰੇ ਕਹਿ ਰਿਹਾ, ਇੱਦਾਂ ਹੀ ਕਰਦੇ ਆ ਉਹ, ਜਾਣੀ ਕਿ ਦੇਖੋ ਕਿ ਫੜਿਆ ਜਾ ਸਕਦਾ ਤੇ ਅਮਰਤ ਪਾਲ ਨੂੰ ਵੀ ਉਹਨੇ ਫੜਿਆ ਜਾ ਸਕਦਾ। ਉਹਨਾਂ ਨੇ ਸਿਚੁਏਸ਼ਨ ਇੱਦਾਂ ਦੀ ਬਣਾਉਣੀ ਸੀ ਕਿ ਇਹ ਇਨ ਐਕਸਪੀਰੀਅੰਸ ਤੋਂ ਬਿਨਾਂ ਨੌਜਵਾਨ ਭੱਜਣਗੇ, ਉਸ ਤਰ੍ਹਾਂ ਹੀ ਉਹਨਾਂ ਨੇ। ਉਹਨਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਕਿਹੜਾ ਕੋਈ ਅੰਡਰਗਰਾਊਂਡ ਮੂਵਮੈਂਟ ਲੜ ਰਿਹਾ ਸੀ, ਉਹਨੂੰ ਉੱਥੇ ਜਿਹੜੀ ਗੱਲ ਆ ਉੱਥੇ ਜਾ ਕੇ ਉਹਨੂੰ ਉਸ ਵੇਲੇ ਅਰੈਸਟ ਦੇਣੀ ਚਾਹੀਦੀ ਸੀ। ਕਦੇ ਵੀ ਫੜ ਸਕਦੇ, ਜਦੋਂ ਮਰਜ਼ੀ ਫੜ ਸਕਦੇ। ਇਹਦੇ ਵਿੱਚ ਵੀ ਸਟੇਟ ਦੀ ਇੱਕ ਨੀਤੀ ਆ, ਇਹ ਸਮਝਣੀ ਚਾਹੀਦੀ ਆ ਨੌਜਵਾਨਾਂ ਨੂੰ ਵੀ, ਹੋਰਾਂ ਨੂੰ ਵੀ, ਕਿ ਇਹ ਉਹਨਾਂ ਨੇ ਇਸ ਤਰੀਕੇ ਨਾਲ ਹੋਣ ਦਿੱਤਾ ਕਿ ਜ਼ਿਆਦਾ ਟਾਈਮ ਉਹ ਗੱਲ ਨੂੰ ਬਿਲਡ ਕੀਤਾ ਜਾਵੇ, ਅਤੇ ਉਹ 'ਚੋਂ ਪਤਾ ਨਹੀਂ ਹੋਰ ਕੀ ਪੰਜਾਬ ਅਤੇ ਸਿੱਖਾਂ ਲਈ ਕੋਈ ਹੋਰ ਕੋਈ ਖਤਰਾ ਕੀ ਕੱਢਣਗੇ। ਸਟੇਟ ਦੀ ਨੀਤੀ ਅਤੇ ਸਬਾਰਡੀਨੇਟ ਜਿਹੜੀ ਸਰਕਾਰ ਆ ਉਹਨੇ ਉਹ ਨੀਤੀ ਨੂੰ ਲਾਗੂ ਕਰਨਾ ਹੀ ਕਰਨਾ। ਪਹਿਲਾਂ ਭਗਵੰਤ ਮਾਨ ਨੂੰ ਸੰਮਨ ਕੀਤਾ ਗਿਆ ਗ੍ਰਹਿ ਮੰਤਰੀ ਵੱਲੋਂ, ਉੱਥੇ ਗਿਆ, ਉੱਥੇ ਉਹ ਪੈਰਾਮਿਲਟਰੀ ਫੋਰਸਿਸ ਦੀਆਂ ਕੰਪਨੀਆਂ ਦੇ ਦਿੱਤੀਆਂ। ਫਿਰ ਜਿੰਨਾ ਚਿਰ ਕਿਹਾ ਕਿ ਨਹੀਂ ਅਰੈਸਟ ਕਰਨਾ, ਉਹਨਾਂ ਚਿਰ ਨਹੀਂ ਅਰੈਸਟ ਕੀਤਾ। ਜੇ ਕਰਨਾ ਹੁੰਦਾ ਅਰੈਸਟ ਤਾਂ ਉਹਦੇ ਘਰੋਂ ਕੀਤਾ ਜਾ ਸਕਦਾ ਜੀ, ਕਰਨਾ ਹੁੰਦਾ ਅਰੈਸਟ ਅਤੇ FIR ਦਰਜ ਹੋ ਗਈ ਹੈ ਜਨਾਲੇ 'ਤੇ, ਉਦੋਂ ਅਗਲੇ ਦਿਨ ਕਰ ਲੈਂਦੇ। ਜੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਉਹਨਾਂ ਨੇ ਬਈ ਭੈਰ ਰੱਖਿਆ ਵੀ ਭਈ ਉਹ ਗੱਲ ਸੱਚ ਵੀ ਆ ਕਿ ਜੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾ ਹੁੰਦਾ ਤਾਂ ਉੱਥੇ ਵੱਡੀ ਘਟਨਾ ਵਾਪਰ ਸਕਦੀ ਸੀ, ਜਿਹਦੇ ਤੋਂ ਪੰਜਾਬ ਸਰਕਾਰ ਬਚਣਾ ਚਾਹੁੰਦੀ ਸੀ ਔਰ ਬਚੀ ਵੀ।
पर उस तो बाद इन्हें जो एफ आई आर उस दिन दर्ज हो गई, डी जी पी ने स्टेटमेंट देती भाई एक्शन लाएंगे, पर उस तो बाद कोई एक्शन तो नहीं लिया। ये एक मिथ के सिरजिया गया सारा माहौल कि यह तरीके ने जे उ भी उन्होंने अरैसट करना ही जो गए तो अरैसट कर सकते ही, पर उदों तक सरकार को पुलिस को शायद हो सकता कि आर्डर ही ना होया हो अरैसट करना। तो जो उन्होंने पता लगा भी मैं अरैसट करना वा फिर वो निकल गया। हुण अगे कदी कित बनाई जाते कदी कित दो गल्लां वेखो, जिहड़ी लीगल कार्रवाई आ वो करनी चाहिए आ। जिन्ना चिर अमृतपाल नूं पीओ डिकलेयर नहीं किया गया जां उहदा अखबार च इश्तिहार नहीं दिता गया, उहनूं पनाह देण दे दोष च इक बेचारी बीबी उत्थों हरियाणे तों फड़ के लै आंदी, वो गैर कानूनी एक्ट आ, उहदी सानूं सारिआं नूं दिखे। नहीं उन्होंने कोई अधिकार नहीं, वह तो एक राजनीतिक पार्टी जो दिल्ली तख्त के अधीन एम्पलॉई है, उन्होंने खुद की सिक्योरिटी तो होम मिनिस्ट्री अमित शाह ने दी हुई है, वो उन्होंने खिलाफ किस तरह सरबत खाल साहब दस सकते देखो ਉਹਦਾ ਉਹਦੀ ਵੀ ਪ੍ਰਕਿਰਿਆ ਵਾ ਜਿਹਦੇ ਵਾਸਤੇ ਪਹਿਲਾਂ ਸਾਰਿਆਂ ਨੂੰ ਇੱਕ ਸੁਰਤਾ ਵਿੱਚ ਹੋਣਾ ਪਵੇਗਾ, ਆਪਣੇ ਗਿਲੇ ਸ਼ਿਕਵੇ ਸਾਰੇ ਜੋ ਪੰਥ ਦੇ ਵਿੱਚ ਜਿੰਨੀਆਂ ਵੀ ਗਲਤ ਫਹਿਮੀਆਂ ਨੇ ਇੱਕ ਦੂਜੇ ਵਿਰੁੱਧ ਉਹ ਸਾਰੇ ਜਦੋਂ ਸਰਬੱਤ ਖਾਲਸਾ ਹੁੰਦਾ ਸੀ ਪਹਿਲਾਂ ਮਿਸਲਾਂ ਇਕੱਠੀਆਂ ਹੁੰਦੀਆਂ ਸੀ, ਮਿਸਲਾਂ ਉੱਥੇ ਇਕੱਠੀਆਂ ਹੋ ਕੇ ਪਹਿਲਾਂ ਜਿਹੜੇ ਗਿਲੇ ਸ਼ਿਕਵੇ ਸੀ ਉਹ ਸਾਰੇ ਆਪਣੇ ਦੂਰ ਕਰਦੇ ਸੀ, ਦੂਰ ਕਰਨ ਤੋਂ ਬਾਅਦ ਫਿਰ ਜਿਹੜਾ ਇੱਕ ਮਤਾ ਲਿਆਉਣਾ ਹੁੰਦਾ ਸੀ ਉਹਦੇ ਉੱਤੇ ਸਾਰੇ ਸਹਿਮਤ ਹੁੰਦੇ ਸੀ, ਸਹਿਮਤ ਹੋਣ ਤੋਂ ਬਾਅਦ ਫਿਰ ਉਹ ਮਤਾ ਜਿਹੜਾ ਸੀ ਉਹਨੂੰ ਗੁਰਮਤੇ ਦੇ ਰੂਪ ਵਿੱਚ ਪਾਸ ਕੀਤਾ ਜਾਂਦਾ ਸੀ, ਪਾਸ ਕਰਨ ਤੋਂ ਬਾਅਦ ਫਿਰ ਉਹ ਅਕਾਲ ਤਖਤ ਸਾਹਿਬ ਦਾ ਜਥੇਦਾਰ ਉਹਨੂੰ ਅਨਾਊਂਸ ਕਰਦਾ ਸੀ। ਪੰਚ ਪ੍ਰਧਾਨੀ ਪੰਚਾਇਤ ਦੇ ਦੀ ਸ਼ਮੂਲੀਅਤ ਦੇ ਨਾਲ ਇਕੱਲਾ ਜਥੇਦਾਰ ਨਹੀਂ ਹੁੰਦਾ, ਕੋਈ ਸਹਿਜ ਵਾਲਾ ਕੰਮ ਆ। ਅਤੇ ਇੱਕ ਤੁਸੀਂ ਗੱਲ ਕਰਦੇ ਸੀ ਕਿ ਨਹੀਂ ਕਿ ਇਹ ਸਾਰਾ ਕੁਛ ਕੀ ਹੋ ਰਿਹਾ ਆ ਅਤੇ ਕਿਵੇਂ ਸਰ ਪਾਸਰ ਗੱਲ ਆ, ਜੋ ਹੁਣ ਪਿਛਲੇ ਕੁਛ ਟਾਈਮ ਦੀ ਇੱਕ ਗੱਲ ਚੱਲ ਰਹੀ ਆ, ਸਗੋਂ ਮੈਂ ਇੱਥੇ ਲਿਆਉਣਾ ਚਾਹਾਂਗਾ ਕਿ ਪਿਛਲੇ ਕਾਫੀ ਸਮੇਂ ਤੋਂ ਸਟੇਟ ਇੱਕ ਬੜੇ ਸੋਚੇ ਸਮਝੇ ਤਰੀਕੇ ਨਾਲ ਖਾਲਿਸਤਾਨ ਨੂੰ ਗੈਂਗਸਟਰਿਜ਼ਮ ਅਤੇ ਨਾਰਕੋਟਿਕਸ ਨਾਲ ਜੋੜ ਰਹੀ ਹੈ, ਰੋਜ਼ ਕੋਈ ਨਾ ਕੋਈ ਹੁੰਦਾ ਆਹ ਹੋ ਗਿਆ ਆਹ ਹੋ ਗਿਆ, ਜੋ ਬਿਲਕੁਲ ਹੀ ਗਲਤ ਆ, ਇਹਦਾ ਕੋਈ ਸੰਬੰਧ ਨਹੀਂ ਆਪਸ ਵਿੱਚ, ਪਰ ਉਹ ਰੋਜ਼ ਕੁਛ ਨਾ ਕੁਛ ਇਹੋ ਜਿਹੀ ਨਿਊਜ਼ ਹੁੰਦੀਆਂ ਹੈ। ਅਤੇ ਇਹਦੇ ਨਾਲ ਹੀ ਜਿੱਦਾਂ ਹੁਣ ਤੁਸੀਂ ਮੈਂ ਪਰਸੋਂ ਹੀ ਦੇਖ ਰਿਹਾ ਸੀ ਜਿਸ ਤਰ੍ਹਾਂ ਦੀ ਗੱਲ ਕੀਤੀ ਜਾ ਰਹੀ ਆ ਕਿ ਜਿਹੜੇ ਗੈਂਗਸਟਰਾਂ ਵਿੱਚੋਂ ਯਾਨੀ ਕਿ ਗੈਂਗਸਟਰਾਂ ਅਤੇ ਸਿੱਖਾਂ ਦੇ ਕੁਛ ਹਿੱਸਿਆਂ ਨੂੰ ਆਪਸ 'ਚ ਲੜਾਉਣ ਵਾਲੀ ਗੱਲ, ਉਹ ਜੋ ਸਟੇਟ ਪਹਿਲਾਂ ਚੱਲ ਰਹੀ ਆ ਕਿ ਨਹੀਂ ਕਿ ਸਿੱਖਾਂ 'ਚ ਕਿਵੇਂ ਫੁੱਟ ਪਾਈ ਜਾਵੇ, ਜਿਹੜੇ ਵੀ ਇਹਨਾਂ 'ਤੇ ਕੋਈ ਕੰਟਰੋਵਰਸੀ ਵਾਲੇ ਇਸ਼ੂ ਆ ਭੇਦ ਵਾਲੇ ਇਸ਼ੂ ਉਹ ਸਾਰੇ ਛਾਲੇ ਜਾ ਰਹੇ ਆ ਵਿਦ ਇਨ ਅਤੇ ਵਿਦਆਊਟ ਵੀ ਜਿੰਨੇ ਵੀ ਹੈਗੇ ਆ। ਅਤੇ ਇਹਦੇ ਨਾਲ ਹੀ ਇਹ ਆ ਕਿ ਇਹ ਜਿਹੜਾ ਗੈਂਗਸਟਰਿਜ਼ਮ ਵਾਲਾ ਅਤੇ ਨਰਕੋਟਿਕਸ ਵਾਲਾ ਇਹ ਬਿਲਕੁਲ ਇਹਦਾ ਖਾਲਸਾ ਪੰਥ ਖਾਲਸਾਸਤਾਨ ਨਾਲ ਕੋਈ ਵੀ ਰਿਲੇਸ਼ਨ ਨਹੀਂ ਗਾ, ਇਹ ਉਸ ਤਰ੍ਹਾਂ ਹੀ ਜੋੜਿਆ ਜਾ ਰਿਹਾ ਆ। ਅਤੇ ਇੱਥੇ ਜਿਹੜਾ ਇੱਕ ਮਾਹੌਲ ਬਣਾਇਆ ਜਾ ਰਿਹਾ ਕਿ ਲਾਅ ਐਂਡ ਆਰਡਰ ਦਾ, ਕਿ ਇੱਥੇ ਉਹਦੇ ਬਾਰੇ ਵੀ ਸੋਚਣਾ ਪੜਦਾ ਹੈ ਕਿ ਦੇਖੋ ਜਿਹੜੇ ਗੈਂਗਸਟਰ ਆ ਉਹ ਸਾਡੇ ਹੀ ਨੌਜਵਾਨ ਆ ਇੱਥੋਂ ਦੇ ਪੰਜਾਬ ਦੇ, ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਕਿ ਉਹ ਮਿਸਲੈਡ ਹੋਏ ਆ, ਉਹ ਜਿਹੜਾ ਇਹ ਸਿਸਟਮ ਆ ਉਹਦੀ ਪੈਦਾਇਸ਼ ਆ, ਪੋਲੀਟੀਕਲ ਬਿਊਰੋਕਰੈਟਿਕ ਨੈਕਸਸ ਆ ਉਹ ਇਸਤੇਮਾਲ ਕਰਦੇ, ਬਾਅਦ 'ਚ ਉਹਨਾਂ ਨੂੰ ਹੀ ਖਤਮ ਕਰ ਦਿੰਦੇ ਆ। ਪੰਜਾਬ ਦੀ ਜਿਹੜੀ ਵਿਰਾਸਤ ਆ ਉਹ ਸਰਬੱਤ ਦੇ ਭਲੇ ਲਈ ਲੜਨਾ ਆ, ਜ਼ਾਲਮ ਦੇ ਖਿਲਾਫ ਲੜਨਾ ਆ, ਉਹ ਉੱਧਰ ਨੂੰ ਜਾਣਾ ਚਾਹੀਦਾ, ਇਹ ਜਿੱਧਰ ਉਹ ਲੱਗੇ ਆ ਗਲਤ ਆ ਉਹਨਾਂ ਨੂੰ ਛੱਡਣਾ ਚਾਹੀਦਾ। ਇਹਦੇ ਵਿੱਚ ਉਹਨਾਂ ਨੂੰ ਅਲਟੀਮੇਟਲੀ ਉਹਨਾਂ ਨੇ ਸਟੇਟ ਨੇ ਉਹਨਾਂ ਨੂੰ ਵੀ ਯੂਜ਼ ਕਰਕੇ ਮਾਰ ਦੇਣਾ ਆ, ਅਤੇ ਉਹਨਾਂ ਨੂੰ ਸਮਝਣਾ ਚਾਹੀਏ ਇਹ ਗੱਲ ਚਾਹੀਦੀ ਹੈ। ਅਤੇ ਆਪਣੇ ਵੀ ਨੌਜਵਾਨਾਂ ਨੂੰ ਇਹ ਜਿਹੜੀ ਕੀਤੀ ਜਾ ਰਹੀ ਆ ਕਿ ਖਾਲਿਸਤਾਨ ਅਤੇ ਗੈਂਗਸਟਰਾਂ ਦੇ ਵਿੱਚ ਇਹ ਸਟੇਟ ਵੱਲੋਂ ਇੱਕ ਇਹ ਪਹਿਲੀਆਂ ਯਾਨੀ ਕਿ ਗੱਲਾਂ ਆ ਕਿ ਜੇ ਉਹ ਇੱਕ ਤਰ੍ਹਾਂ ਦੀ ਅੱਗੇ ਪੰਜਾਬ ਦੇ ਵਿੱਚ ਇੱਕ ਦੂਜੇ ਬੰਦੇ ਵੀ ਮਾਰੇ ਜਾਣ, ਇੱਕ ਤਿਆਰ ਕਰਾ ਰਿਹਾ ਆ, ਸਾਧ ਵਿਛਾ ਰਿਹਾ ਆ ਕਿ ਕੱਲ੍ਹ ਨੂੰ ਇੱਥੇ ਭਰਾ ਮਾਰੂ ਜੰਗ ਦੇ ਨਾਂ 'ਤੇ ਜਾਂ ਕਮਿਊਨਿਟੀਜ਼ ਦੇ ਵਿੱਚ ਆਪਸ ਵਿੱਚ ਕੋਈ ਬੰਦਿਆਂ ਦੇ ਜਾਂ ਹੋਰ ਡਿਫਰੈਂਸ ਆ ਇਹ ਹੋ ਸਕਦੀਆਂ ਆ। ਇਹ 'ਤੇ ਵੀ ਸਾਰੀ ਪਬਲਿਕ ਨੂੰ ਸੁਚੇਤ ਹੋਣਾ ਚਾਹੀਦੀ ਹੈ ਕਿ ਇਹ ਜਿਹੜੀਆਂ ਗੱਲਾਂ ਨਹੀਂ ਹੈ ਉਹ ਬਿਲਡ ਕੀਤੀਆਂ ਜਾ ਰਹੀਆਂ ਅਤੇ ਸਾਨੂੰ ਉਹਨਾਂ ਨਾਲ ਜੋੜਿਆ ਜਾ ਰਿਹਾ ਆ, ਅਤੇ ਉਸ ਬਿਨਾਂ ਕਿਸੇ ਗੱਲ ਤੋਂ ਦੁਸ਼ਮਣੀ ਅਤੇ ਉਹੋ ਜਿਹਾ ਮਾਹੌਲ ਕਿਸੇ ਨੂੰ ਬਿਲਡ ਕੀਤਾ ਜਾ ਰਿਹਾ ਹੈ ਅਤੇ ਟਕਰਾਉਣ ਦੇ ਮਾਹੌਲ ਸਾਰਾ ਮੀਡੀਆ ਕਰ ਰਿਹਾ ਹੈ।
ਤੇ ਨੈਸ਼ਨਲ ਮੀਡੀਆ ਕਰ ਰਿਹਾ ਇਹ ਇਹਦੇ ਲਈ ਇਹ ਸਾਡੇ ਨੌਜਵਾਨਾਂ ਨੂੰ ਵੀ ਤੇ ਈਵਨ ਗੈਂਗਸਟਰਾਂ ਜਿੰਨੇ ਵੀ ਬੰਦੇ ਆ ਸਾਰੇ ਸਾਡੇ ਪੰਜਾਬ ਦੇ ਹੀ ਨੌਜਵਾਨਾਂ ਨੂੰ ਸਮਝਣਾ ਚਾਹੀਦਾ ਆ ਕਿ ਜੇ ਕੋਈ ਗਲਤ ਰਾਹ ਛੱਡ ਕੇ ਸਹੀ ਰਾਹ 'ਤੇ ਆਉਣਾ ਚਾਹੀਦਾ ਆਸ ਵਿੱਚ ਕਿਸੇ ਵੀ ਸਟੇਟ ਦੇ ਇਹੋ ਜਿਹੇ ਟਰੈਪ 'ਚ ਨਹੀਂ ਆਉਣਾ ਚਾਹੀਦਾ ਜਿੱਦਾਂ ਅਸੀਂ ਇਸ ਟਰੈਪ 'ਚ ਆ ਗਏ ਹਾਂ। ਦੇਖੋ ਭੱਜਣ ਦੀ ਤੇ ਇਹ ਉਹ ਹੀ ਦੱਸ ਸਕਦਾ ਕਿ ਮੈਨੂੰ ਕੀ ਲੋੜ ਸੀ ਤੇ ਕੀ ਨਹੀਂ ਲੋੜ। ਦੇਖੋ ਅਸੀਂ ਤੇ ਜਿਹੜਾ ਗਰੀਲਾ ਵਾਰਫੇਅਰ ਲੜੀ ਆ ਅਸੀਂ ਤੇ ਅੰਦਰ ਜ਼ਿੰਦਗੀ ਜੀ ਆ। ਅਸੀਂ ਤੇ ਇਹ ਵੀ ਕਹਿੰਦੇ ਹਾਂ ਕਿ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੇ ਉਹਨੂੰ ਕਿਹਾ ਪੇਸ਼ ਹੋ ਜਾ ਉਹ ਅਕਾਲ ਤਖ਼ਤ ਸਾਹਿਬ ਦਾ ਜੇ ਉਹ ਜਥੇਦਾਰ ਰਖਾਉਂਦਾ ਤੇ ਉਹ ਉਹਦੇ ਹਾਣ ਦੀ ਗੱਲ ਨਹੀਂ ਆ। ਪਰ ਇਹ ਅੰਮ੍ਰਿਤਪਾਲ ਹੀ ਕਲੀਅਰ ਕਰ ਸਕਦਾ ਕਿ ਉਹ ਕਿੰਨਾ ਹਾਲਤਾਂ ਦੇ ਵਿੱਚ ਭੱਜਾ ਕਿਉਂ ਭੱਜਾ ਅਤੇ ਉਹ ਉਹਨੇ ਉਹਦਾ ਅਗਲਾ ਪ੍ਰੋਗਰਾਮ ਕੀ ਆ। ਪਰ ਜਿਹੜੀਆਂ ਗੱਲਾਂ ਉਹਦੀਆਂ ਅਸੀਂ ਸਹੀ ਨਹੀਂ ਸਮਝਦੇ ਕਿ ਜਿਵੇਂ ਸਰਬੱਤ ਖਾਲਸਾ ਕਰੋ ਵਿਸਾਖੀ ਵਾਲੀ ਗੱਲ ਉਹ ਅਸੀਂ ਸਪਸ਼ਟ ਕਰ।